ਗੁੱਡ ਮਾਰਨਿੰਗ ਸਟੂਡੈਂਟਸ ਵੈਲਕਮ ਟੂ ਆਨਲਾਈਨ ਕਲਾਸੇਜ ਸਟੂਡੈਂਟਸ ਅੱਜ ਅਸੀਂ ਪੰਜਾਬੀ ਦੀ ਬੁੱਕ ਵਿੱਚ ਪਾਠ 14 ਕਰਾਂਗੇ ਜਿਸ ਦਾ ਨਾਮ ਹੈ ਹਿੰਮਤ ਇਸ ਲੈਸਨ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਹਿੰਮਤ ਕਰਨ ਨਾਲ ਸਾਡੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ ਤੇ ਪ੍ਰਮਾਤਮਾ ਵੀ ਸਾਡਾ ਸਾਥ ਦਿੰਦਾ ਹੈ ਆਓ ਪੜ੍ਹੀਏ ਉਸ ਦਿਨ ਗਰਮੀ ਬਹੁਤ ਸੀ ਚੰਨੀ ਚਿੜੀਆਂ ਨੇ ਸੋਚਿਆ ਕਿ ਉਹ ਸ਼ਾਮ ਵੇਲੇ ਹੀ ਦਾਣੇ ਦੀ ਭਾਲ ਕਰਨ ਜਾਵੇਗੀ ਇੱਕ ਚਿੜੀ ਆ ਸੀ ਉਸ ਦਾ ਨਾਮ ਕੀ ਸੀ ਚੰਨੀ ਤੇ ਉਹ ਸਵੇਰੇ ਸ਼ਾਮ ਕੀ ਕਰਦੀ ਸੀ ਆਪਣੇ ਬੱਚਿਆਂ ਲਈ ਭੋਜਨ ਲੱਭਣ ਲਈ ਬਾਹਰ ਜਾਂਦੀ ਸੀ ਪਰ ਉਸ ਦਿਨ ਬਹੁਤ ਗਰਮੀ ਸੀ ਤੇ ਉਸ ਨੇ ਸੋਚਿਆ ਕਿ ਉਹ ਸ਼ਾਮ ਵੇਲੇ ਦਾਣੇ ਦੀ ਭਾਲ ਕਰਨ ਜਾਵੇਗੀ ਉੰਜ ਵੀ ਉਸ ਨੂੰ ਸਵੇਰੇ ਗਰਮੀ ਕਾਰਨ ਕਿੰਨੀ ਦੇਰ ਕਿਧਰੋਂ ਵੀ ਭੋਜਨ ਨਹੀਂ ਸੀ ਮਿਲਿਆ ਸ਼ਾਮ ਹੁੰਦਿਆਂ ਹੀ ਚੰਨੀ ਦੇ ਬੱਚੇ ਭੁੱਖ ਕਾਰਨ ਸ਼ੋਰ ਕਰਨ ਲੱਗੇ ਚੰਨੀ ਨੇ ਬੱਚਿਆਂ ਲਈ ਭੋਜਨ ਲੱਭਣ ਲਈ ਉਡਾਰੀ ਮਾਰਨ ਬਾਰੇ ਸੋਚਿਆ ਪਰ ਅਚਾਨਕ ਉਧਰੋਂ ਬਹੁਤ ਤੇਜ਼ ਤੂਫਾਨ ਸ਼ੁਰੂ ਹੋ ਗਿਆ ਚੰਨੇ ਨੂੰ ਦੋਹਰੀ ਚਿੰਤਾ ਹੋ ਗਈ ਦੋਹਰੀ ਚਿੰਤਾ ਮਤਲਬ ਉਹਨੂੰ ਡਬਲ ਟੈਨਸ਼ਨ ਹੋ ਗਈ ਇੱਕ ਤਾਂ ਉਸਦੇ ਬੱਚੇ ਭੁੱਖੇ ਸਨ ਤੇ ਦੂਜਾ ਇਹ ਤੂਫਾਨ ਕਰਕੇ ਉਸ ਤੋਂ ਉੱਡਿਆ ਵੀ ਨਹੀਂ ਸੀ ਜਾ ਰਿਹਾ ਤੂਫਾਨ ਇੰਨਾ ਤੇਜ਼ ਸੀ ਕਿ ਉਹ ਮਤਲਬ ਕੀ ਸੀ ਉਡ ਉਡ ਨਹੀਂ ਸੀ ਸਕਦੇ ਕਿਉਂਕਿ ਉਧਰੋਂ ਮੀਂਹ ਪੈਣ ਵਾਲਾ ਵੀ ਸੀ ਤੇ ਤੂਫਾਨ ਵਿੱਚ ਤਾਂ ਵੱਡੇ ਵੱਡੇ ਬੰਦੇ ਵੀ ਹਿਲਦੁਲ ਜਾਂਦੇ ਹਨ ਤੇ ਉਹ ਤਾਂ ਵਿਚਾਰੇ ਇੱਕ ਛੋਟੀ ਜੀ ਪੰਛੀ ਸੀ ਇੱਕ ਪਾਸੇ ਚੰਨੇ ਦੇ ਬੱਚੇ ਸ਼ੋਰ ਕਰ ਰਹੇ ਸਨ ਤੇ ਦੂਜੇ ਪਾਸੇ ਤੇਜ਼ ਹਵਾ ਉਹ ਚੰਨੀ ਇਹ ਜ਼ਰੂਰ ਸੋਚ ਰਹੀ ਸੀ ਦੇ ਦੌਰ ਇੱਕ ਪਿੰਡ ਦੇ ਖੇਤਾਂ ਵੱਲ ਹਵਾ ਕਾਰਨ ਕਾਫੀ ਦਾਣੇ ਫਸਲ ਵਿੱਚੋਂ ਕਿਰ ਗਏ ਹੋਣਗੇ ਕਿਰ ਗਏ ਹੋਣਗੇ ਮਤਲਬ ਡਿੱਗ ਗਏ ਹੋਣਗੇ ਮਤਲਬ ਜਦੋਂ ਤੇਜ਼ ਹਵਾਵਾਂ ਚਲਦੀਆਂ ਹਨ ਤਾਂ ਫਸਲਾਂ ਵਿੱਚੋਂ ਦਾਣੇ ਨਿਕਲ ਨਿਕਲ ਕੇ نیچے ਡਿੱਗ ਪੈਂਦੇ ਹਨ ਤੇ ਇੱਕ ਪਾਸੇ ਉਹ ਇਹ ਵੀ ਸੋਚ ਰਹੀ ਸੀ ਪਰ ਹੁਣ ਮੁਸ਼ਕਿਲ ਇਹ ਸੀ ਕਿ ਉੱਥੋਂ ਤੱਕ ਜਾਇਆ ਕਿਵੇਂ ਜਾਵੇ ਕਿਉਂਕਿ ਤੇਜ਼ ਤੂਫਾਨ ਆ ਰਿਹਾ ਸੀ ਚੰਨੀ ਕੋਲੋਂ ਆਪਣੇ ਬੱਚਿਆਂ ਦੀ ਭੁੱਖ ਵੇਖੀ ਨਹੀਂ ਸੀ ਜਾ ਰਹੀ ਉਧਰੋਂ ਹੁਣ ਤੇਜ਼ ਹਵਾ ਦੇ ਨਾਲ ਮੀਂਹ ਵੀ ਸ਼ੁਰੂ ਹੋ ਗਿਆ ਹੁਣ ਕੀ ਹੋਇਆ ਤੇਜ਼ ਹਵਾ ਤਾਂ ਚੱਲ ਵੀ ਰਹੀ ਸੀ ਨਾਲ ਨਾਲ ਬਾਰਿਸ਼ ਵੀ ਸਟਾਰਟ ਹੋ ਗਈ ਆਖਰ ਚੰਨੀ ਨੇ ਤੂਫਾਨ ਵਿੱਚ ਹੀ ਜਾਣ ਦਾ ਫੈਸਲਾ ਕੀਤਾ ਕਿਉਂਕਿ ਉਹ ਇੱਕ ਮਾਂ ਸੀ ਤੇ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਸੀ ਦੇਖ ਸਕਦੀ ਇਸ ਕਰਕੇ ਉਸਨੇ ਕੀ ਫੈਸਲਾ ਕੀਤਾ ਕਿ ਉਹ ਤੂਫਾਨ ਵਿੱਚ ਹੀ ਆਪਣੇ ਬੱਚਿਆਂ ਲਈ ਭੋਜਨ ਲੈ ਕੇ ਆਵੇਗੀ ਆਲੜੇ ਚੋਂ ਨਿਕਲਦੇ ਸਮੇਂ ਆਲਣਾ ਕੀ ਹੁੰਦਾ ਹੈ ਹੌਸਲਾ ਉਸਨੇ ਪ੍ਰਾਰਥਨਾ ਕੀਤੀ ਪ੍ਰਮਾਤਮਾ ਮੇਰੀ ਮਦਦ ਕਰੇ ਚੰਨੀ ਅਜੇ ਆਪਣੇ ਆਲੜੇ ਵਿੱਚੋਂ ਬਾਹਰ ਹੀ ਨਿਕਲੀ ਸੀ ਕਿ ਤੂਫਾਨ ਤੇ ਮੀਂਹ ਹੋਰ ਤੇਜ਼ ਹੋ ਗਏ ਚੰਨੀ ਨੂੰ ਇੱਕ ਤੇਜ਼ ਹਵਾ ਦੇ ਵਹਾ ਨੇ ਹਿਲਾ ਦਿੱਤਾ ਹਵਾ ਹਵਾ ਦਾ ਵਾਅ ਮਤਲਬ ਹਵਾ ਦਾ ਚੌਂਕਾ ਉਹ ਕੁਝ ਦੂਰ ਜਾ ਕੇ ਡਿੱਗੀ ਪਰ ਉਸਨੇ ਹਿੰਮਤ ਨਾ ਛੱਡੀ ਉਸਨੇ ਫਿਰ ਉਡਾਰੇ ਭਰਨ ਲਈ ਸ਼ਕਤੀ ਇਕੱਠੀ ਕੀਤੀ ਬਸ ਫਿਰ ਕੀ ਸੀ ਉਹੀ ਹੋਇਆ ਜੋ ਚੰਨੀ ਚਾਹੁੰਦੀ ਸੀ ਤੂਫਾਨ ਇਕਦਮ ਰੁਕ ਗਿਆ ਪਰਮਾਤਮਾ ਨੇ ਚੰਨੀ ਦੀ ਮਦਦ ਕਰ ਦਿੱਤੀ ਕਿਉਂਕਿ ਰੱਬ ਵੀ ਉਹਨਾਂ ਦੀ ਹੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ ਦੇਖੋ ਚੰਨੀ ਨੇ ਹਿੰਮਤ ਕੀਤੀ ਉਸਨੇ ਦੁਬਾਰਾ ਉਡਾਰੇ ਭਰੀ ਤੇ ਪਰਮਾਤਮਾ ਨੇ ਕੀ ਸਾਥ ਦਿੱਤਾ ਕਿ ਤੂਫਾਨ ਵੀ ਰੁਕ ਗਿਆ ਖੁਸ਼ੀ ਦੇ ਗੀਤ ਗਾਉਂਦੀ ਚੰਨੀ ਦੂਰ ਉਹਨਾਂ ਖੇਤਾਂ ਵਿੱਚ ਗਈ ਅਤੇ ਆਪਣੇ ਬੱਚਿਆਂ ਲਈ ਦਾਣੇ ਇਕੱਠੇ ਕਰਕੇ ਲੈ ਆਈ। tufaan ਦਾ ਸ਼ੋਰ ਰੁਕ ਗਿਆ ਸੀ, ਨਾਲ ਹੀ ਰੁਕ ਚੁੱਕਾ ਸੀ। ਉਸ ਦੇ ਬੱਚਿਆਂ ਦਾ ਸ਼ੋਰ ਕਿਉਂਕਿ ਉਹਨਾਂ ਦਾ ਪੇਟ ਹੁਣ ਭਰ ਚੁੱਕਿਆ ਸੀ। ਉਹ ਆਪਣੇ ਬੱਚਿਆਂ ਲਈ ਭੋਜਨ ਲੈ ਆਈ ਸੀ। ਇਹ ਲੈਸਨ ਸਾਡਾ ਕੰਪਲੀਟ ਹੋ ਗਿਆ ਹੈ ਤੇ ਇਸ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ। ਸਾਨੂੰ ਹਿੰਮਤ ਕਰਨੀ ਚਾਹੀਦੀ ਹੈ ਹਿੰਮਤ ਕਰਾਂਗੇ ਤਾਂ ਪਰਮਾਤਮਾ ਵੀ ਸਾਡਾ ਸਾਥ ਜ਼ਰੂਰ ਦੇਵੇਗਾ ਇਹ ਔਖੇ ਸ਼ਬਦਾਂ ਦੇ ਅਰਥ ਪਾਲ ਤਲਾਸ਼ ਉਡਾਰੀ ਉਡਾਣ ਇਕੱਠੇ ਕਰਨਾ ਜੋੜਨਾ ਹਵਾ ਦਾਵਾਹਾ ਬਹੁਤ ਤੇਜ਼ ਚੌਂਕਾ ਚਿੰਤਾ ਫਿਕਰ ਕਰਨਾ ਥੱਲੇ ਡਿੱਗਣਾ ਇਹ ਤੁਸੀਂ ਆਪਣੇ ਪੰਜਾਬੀ ਦੇ ਨੋਟਬੁੱਕ ਵਿੱਚ ਲਿਖਨੇ ਹਨ ਤੇ ਯਾਦ ਵੀ ਕਰਨੇ ਹਨ ਤੇ ਇਸ ਤੋਂ ਬਾਅਦ ਦੇਖੋ ਠੀਕ ਉੱਤਰ ਅੱਗੇ ਠੀਕ ਦਾ ਨਿਸ਼ਾਨ ਲਗਾਓ ਚੰਨੀ ਨੇ ਕਿਸ ਨੂੰ ਪਾਲ ਲੈ ਜਾਣਾ ਸੀ ਦਾਣਿਆਂ ਦੀ ਚੰਨੀ ਦੇ ਬੱਚੇ ਕੀ ਕਰਨ ਲੱਗੇ ਸ਼ੋਰ ਭੁੱਖ ਲੱਗੀ ਸੀ ਇਸ ਕਰਣ ਉਹ ਸ਼ੋਰ ਹੀ ਕਰਨ ਲੱਗੇ ਸੀ ਨਾ ਆਲਣੇ ਛੋ ਨਿਕਲਦੇ ਸਮੇਂ ਚੰਨੀ ਨੇ ਕੀ ਕੀਤੀ ਸੀ ਪ੍ਰਾਰਥਨਾ ਮਾਲਿਕਾਗੇ ਉਸਨੇ ਪ੍ਰਾਰਥਨਾ ਹੀ ਕੀਤੀ ਸੀ ਹਵਾਵਾਂ ਕਾਰਨ ਕਿਸ ਦੇ ਦਾਣੇ गिर ਗਏ ਹੋਣਗੇ ਫਸਲ ਦੇ ਉਡਾਰੀ ਭਰਨ ਲਈ ਚੰਨੀ ਨੇ ਕੀ ਇਕੱਠੀ ਕੀਤੀ ਸ਼ਕਤੀ ਇਹ ਬੁੱਕ ਵਰਕ ਤੁਸੀਂ ਆਪਣੀ ਬੁੱਕ ਵਿੱਚ ਫਿਲ ਕਰਨਾ ਹੈ ਤੇ ਸ਼ਬਦ ਅਰਥ ਜਿਹੜੇ ਹਨ ਉਹ ਤੁਸੀਂ ਆਪਣੇ ਪੰਜਾਬੀ ਦੀ ਨੋਟਬੁੱਕ ਵਿੱਚ ਲਿਖਨੇ ਅਤੇ ਯਾਦ ਕਰਨੇ ਹਨ ਓਕੇ ਬਾਏ